लो जी, ये वार्ड नंबर 10 ਦੇ ਵਿੱਚ ਰਤਨਗਰ ਐਫ ਬਲਾਕ ਪੈ ਰਿਹਾ ਆ। ਇਸ ਦੀ ਗਲੀਆਂ ਦਾ ਦੇਖ ਲਓ ਜੀ ਮਾੜੇ ਹਾਲਾਤ। ਇਹ ਸਰਕਾਰ ਨੂੰ ਬੇਨਤੀ ਆ ਵੀ ਉਰੇ ਬਾਰਿਸ਼ਾਂ ਦਾ ਟਾਈਮ ਸਟਾਰਟ ਹੋ ਚੁੱਕਿਆ ਆ ਤੇ ਇਹ ਗਲੀ ਦਾ ਦੇਖੋ ਜੀ ਸਿਰੇ ਤੋਂ ਸਿਰੇ ਤੱਕ ਬੁਰਾ ਹਾਲ ਹੋਇਆ ਪਿਆ ਆ ਤੇ ਉਰੇ ਦੇ ਲੋਕ ਬਹੁਤ ਪਰੇਸ਼ਾਨ ਨੇ ਇਸ ਗੱਲ ਤੋਂ। ਤਾਂ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਆ ਇਹ ਨਗਰ ਨਿਗਮ ਨੂੰ ਤੇ ਆਮ ਆਦਮੀ ਪਾਰਟੀ ਨੂੰ ਵੀ ਰਤਨਗਰ ਐਫ ਬਲਾਕ ਦੇ ਵਿੱਚ 1 ਨੰਬਰ ਗਲੀ ਤੇ 5 ਨੰਬਰ ਗਲੀ ਬਹੁਤ ਬੁਰੇ ਹਾਲਾਤ 'ਚ ਆ ਅਤੇ ਸਟਰੀਟ ਲਾਈਟ ਵੀ ਨਹੀਂ ਹੈ ਉਰੇ ਜੀ। ਰਾਤ ਨੂੰ ਬਹੁਤ ਤੰਗ ਪਰੇਸ਼ਾਨ ਹੋਣਾ ਪੈਂਦਾ। ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਨਗਰ ਨਿਗਮ ਨੂੰ ਤੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਸੰਗਿਆਨ ਲਿੱਤਾ ਜਾਵੇ।